ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਅੱਜ ਕਰਨ ਲੱਗੇ ਹਾਂ ਡਰਿੰਕ ਗੈਸ ਦਾ ਡਰਿੰਕ ਚੈਲੰਜ ਅਤੇ ਅਸੀਂ ਸਟਾਰਟ ਕਰਾਂਗੇ ਏਕਮ ਅਤੇ ਜੋਤੀ ਨਾਲ ਫਸਟ ਅਤੇ ਇਹ ਸਾਡੀਆਂ ਡਰਿੰਕਸ ਪਈਆਂ ਨੇ ਸਾਰੀਆਂ ਅਤੇ ਜੱਗ ਦੇ ਵਿੱਚ ਪਿਆ ਸਾਡਾ ਰੂਹ ਅਫਜ਼ਾ ਇਹ ਬੜਾ ਈਜ਼ੀ ਹੈ ਗੈਸ ਕਰਨਾ ਵੈਸੇ ਬਟ ਦੈਟਸ ਸਟਿਲ ਓਕੇ ਕਿ ਨਾਓ ਯੂ ਗਾਈਜ਼ ਹੈਵ ਟੂ ਕਵਰ ਯੋਰ ਆਈਜ਼ ਵਿਦ ਦ ਫੋਲਡ ਅਸੀਂ ਤੁਹਾਨੂੰ ਦੇਵਾਂਗੇ ਕੀ ਕਹਿੰਦੇ ਆ ਆਹ ਥੋੜ੍ਹਾ ਥੋੜ੍ਹਾ ਗਲਾਸ ਚ ਪਾ ਕੇ ਅਸੀਂ ਤੁਹਾਨੂੰ ਡਰਿੰਕ ਦੇਵਾਂਗੇ ਦੋਨਾਂ ਨੂੰ ਗੈਸ ਕਰਨਾ ਹੋਏਗਾ ਹਾਂ ਫਿਰ ਆਪਕੋ ਗੈਸ ਕਰਨਾ ਹੋਏਗਾ ਔਰ ਅਸੀਂ ਕਰਾਂਗੇ 5 ਰਾਊਂਡਸ ਓਕੇ ਤੇ ਜਿਹੜਾ ਵਿਨਰ ਹੋਏਗਾ ਤੇ ਅਸੀਂ ਡਿਸਾਈਡ ਕਰਦੇ ਹਾਂ ਕਿ ਵਿਨਰ ਨੂੰ ਕੀ ਮਿਲੇਗਾ ਆਈ ਥਿੰਕ ਮੇਰੇ ਹਿਸਾਬ ਨਾਲ ਨਾ ਜਿਹੜਾ ਵਿਨਰ ਹੋਏਗਾ ਉਹਨੂੰ ਉਹਦੀ ਪਸੰਦ ਦੀ ਮੇ ਬੀ ਮੀਲ ਮਿਲ ਸਕਦੀ ਆ ਆਈ ਥਿੰਕ ਇੱਕ ਮੀਲ ਮਿਲੇਗੀ ਤੇ ਜਿਹੜਾ ਵਿਨਰ ਹੋਏਗਾ ਓਕੇ ਚਲੋ ਸਟਾਰਟ ਕਰਦੇ ਹਾਂ ਤੁਹਾਨੂੰ ਦਿਖਦਾ ਨਹੀਂ ਰਿਹਾ ਕੁਛ ਮੂੰਹ ਥੱਲੇ ਰੱਖਣਾ ਬਈ ਹਾਂ ਚਲੋ ਠੀਕ ਹੈ ਓਕੇ ਭਾਬੀ ਪਾ ਕੇ ਦੇਗੀ ਹੁਣ ਚੁੱਪ ਸ਼ੁਸ਼ ਹੋ ਜਾਓ ਥੋੜੀ ਥੋੜੀ ਬਸ ਹਾਂ ਯਾਦ ਵੀ ਰੱਖਣਾ ਅਸੀਂ ਕਿਹੜੇ ਨੂੰ ਕੀ ਦੇ ਰਹੇ ਹਾਂ ਦੂਜੀ ਚ ਵੀ ਪਾ ਕੇ ਰੱਖ ਦੋ ਹੁਣੇ ਰੁਕ ਜਾਓ ਇੱਕ ਮਿੰਟ ਰੁਕ ਜਾਓ ਹਲੇ ਰੁਕੋ ਹਲੇ ਨੀ ਪੀਣਾ ਚੱਲ ਏਕਮ ਲਈ ਵੀ ਰੇਡੀ ਕਰਕੇ ਰੱਖ ਦੇਣਾ ਤੇ ਬਾਰੀ ਕੱਢ ਕੇ ਰੱਖ ਦੇਣਾ ਬਸ ਥੋੜੀ ਥੋੜੀ ਪਾਣੀ ਹੈ ਜ਼ਿਆਦਾ ਨਹੀਂ ਤਾਂ ਬਹੁਤ ਪਾਤੀ ਖਤਮ ਹੋ ਜਾਏਗੀ ਡਰਿੰਕ ਹੁਣ ਕਰੋ 1 by 1 ਏਕਮ ਪਹਿਲਾਂ ਤੂੰ ਡਰਿੰਕ ਪੀ ਕਿਹੜੀ ਡਰਿੰਕ ਹੈ ਏਕਮ ਤੂੰ ਲੂਜ਼ ਕਰਤਾ ਕਿਉਂਕਿ ਇਹ ਸਪਰਾਈਟ ਨਹੀਂ ਸੀਗੀ ਇਹ ਲਿਮਕਾ ਸੀ ਓਕੇ ਹਾਂ 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 ਹੁਣ ਜੋਤੀ ਮਾਊਂਟੇਨ ਡਿਊ ਹੈ ਜੋਤੀ ਦਾ 1 point ਹੋ ਗਿਆ ਹੁਣ ਇਹ ਸੈਕਿੰਡ ਵਾਲਾ ਇਹ ਸੈਕਿੰਡ ਰਾਊਂਡ ਹੋ ਰਿਹਾ ਸਟਾਰਟ ਜੋਤੀ ਪਹਿਲਾਂ ਤੂੰ ਟਰਾਈ ਕਰ ਜਲਦੀ ਮੁਰਿੰਡਾ ਓਕੇ ਠੀਕ ਹੈ ਹੋਰ ਏਕਮ ਤੇਰੀ ਹਾਂ ਠੀਕ ਹੈ ਦੋਨਾਂ ਦੇ ਹੁਣ ਇਹ ਜੋਤੀ ਦੇ 2 point ਹੋ ਗਏ ਔਰ ਏਕਮ ਤੇਰਾ 1 point ਹੋ ਗਿਆ ਗਾਇਸ ਤੁਹਾਡਾ ਸਟਾਰਟ 3rd ਤੇ ਲਾਸਟ ਰਾਊਂਡ ਤੇ ਇਹਦੇ ਵਿੱਚ ਹੁਣ ਸਟਾਰਟ ਕਰੇਗਾ ਏਕਮ ਪਹਿਲਾਂ ਏਕਮ ਟੇਸਟ ਕਰ ਹਾਂ ਠੀਕ ਹੈ 7 up ਹੈ ਤੇਰੀ ਜੋਤੀ ਤੇਰੀ ਵਾਰੀ ਆ ਹੁਣ ਮੈਂ ਤਾਂ ਆਪ ਭੁੱਲ ਗਈ ਕਿਹੜੀ ਸੀਗੀ ਜੋਤੀ ਕੋਲ ਅੱਛਾ ਅੱਛਾ ਯਾਦ ਆ ਗਈ ਮੈਨੂੰ ਆਹੋ ਪੈਪਸੀ ਯੈਸ ਤੇ ਦੋਨਾਂ ਦੇ ਹੁਣ ਹੋ ਗਏ 2 point ਨੀ 3 ਤੇ 2 ਹਾਂ ਚੱਲ ਏਕਮ ਤੂੰ ਹਾਰ ਗਿਆ ਨੈਕਸਟ ਰਾਊਂਡ ਹੈ ਮਨੀ ਮਾਸੀ ਤੇ ਅਗਮ ਦੇ ਵਿੱਚ ਦੇਖਦੇ ਆ ਇਹ ਕਿੰਨਾ ਕੁ ਪਛਾਣ ਪਾਉਂਦੇ ਆ ਟੇਸਟ ਇਹ ਵਾਲੀ ਅਸੀਂ ਦੇਵਾਂਗੇ ਅਗਮ ਨੂੰ ਤੇ ਇਹ ਵਾਲੀ ਅਸੀਂ ਦੇਵਾਂਗੇ ਮਨੀ ਮਾਸੀ ਚਲੋ ਦੋਨੋਂ ਜਾਣੇ ਪੀਓ ਹੁਣ ਦੇਖਦੇ ਆ ਇਕੱਠੇ ਪੀ ਲਓ ਫਿਰ ਦੱਸੋ ਪਹਿਲੇ ਅਗਮ ਬਤਾਏਗਾ ਅਗਮ ਕੌਣ ਸੀ ਹੈ ਇਹ ਜਲਦੀ ਬਤਾਓ ਅਬ ਤੋ ਹਾਰ ਗਿਆ ਤੂੰ ਨੈਕਸਟ ਰਾਊਂਡ ਅਗਮ ਨੂੰ ਤੇ ਇਹ ਦਿੱਤਾ ਹੈ ਮਨੀ ਮਾਸੀ ਨੂੰ ਹੁਣ ਦੋਨੋਂ ਪੀ ਕੇ ਦੱਸੋ ਸੈਕਿੰਡ ਅਗਮ ਇੱਕ ਹੀ ਚਾਂਸ ਹੈ ਇੱਕ ਹੀ ਵਾਰੀ ਮੈਂ ਬਤਾਣਾ ਹੈ ਕਿਆ ਇਹ ਵੋ ਗ੍ਰੀਨ ਵਾਲਾ ਚੀਜ਼ ਕੌਨ ਸਾ ਥਾ ਉਸਕਾ ਨਾਮ ਕਿਆ ਥਾ ਵੋ ਗ੍ਰੀਨ ਵਾਲਾ ਕਿਆ ਥਾ ਔਰੇਂਜ ਕੇ ਨੈਕਸਟ ਓਕੇ ਓਕੇ ਮਨੀ ਵਾਸੀ ਯਾ ਮੇਰਾ ਤਾਂ ਟੇਸਟ ਹੀ ਖਤਮ ਹੋ ਗਿਆ ਮੈਨੂੰ ਥੋੜੀ ਜਿਹੀ ਹੋਰ ਪਾ ਦਿਓ ਉਹ ਕੋਈ ਵੀ ਪਤਾ ਨਹੀਂ ਲੱਗੇ ਕੀ ਹੈ ਹਾਏ ਹਾਏ ਚਲੋ ਅਬ ਚਲੋ ਪਾਤੀ ਥੋੜੀ ਜਿਹੀ ਮੇ ਵੀ ਲਿਮਕਾ ਯੇ
अगम दिस इज फॉर यू अगम जल्दी बता ऑरेंज वाली नहीं नाम नाम ऑरेंज वाली क्या हुआ उधर बोल के टाइम ऑरेंज ये वाली क्या है ना तो फिर गलत है नो पेप्सी नो 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 फिर भी मनी मासी जीती है क्योंकि मनी मासी ने दो पॉइंट सी के और अगम का एक पॉइंट सी नहीं चीटिंग नहीं है कर सकते थर्ड राउंड है अगम और प्रीति मासी क्योंकि अगम बेचारा हार गया थे असली चाहते साडा छोटा बच्चा हारे ये क्या था ओके हुन असि इन्हां नूं पा के देने आ फर्स्ट राउंड दी ड्रिंक्स अगम डोंट दैट वाजंट मी दिस वन इज फॉर प्रीति मासी एंड दिस वन इज फॉर अगम ओके अगम अब आप ले सकते हो अपना ड्रिंक पी लिए यस पियो और बताओ विच वन इज द पिंक वन व्हाट इज द नेम ऑफ पिंक वन आई डोंट नो मेबी ये मरिंडा ये तो नानु वन वन पॉइंट पी लो अपनी अपनी ड्रिंक पी लो सारी फिनिश करो ये सेकंड ड्रिंक है ए वाली असि अगम नु दिती है ते ए वाली असि प्रीति मासी नु मैं पीन लगी विच वन कोका कोला कोक ये टू पॉइंट्स लास्ट लेके राउंड ते एना स्टफ है कंपटीशन दोने दो दो लेके बैठे नंबर हार गई तो मैं रोऊंगी अब देखते हैं ये गेस कर पाते हैं या नहीं ये हैं अगम की ड्रिंक ये है प्रीति मासी की ड्रिंक चलो दोनों पी के बताओ भी क्या है ओके एंड प्रीति मासी ओके सोलो बहुत लो ਅਸੀਂ ਸਾਰੇ ਵਿਨਰ ਆ ਤਿੰਨੋਂ ਜਣੇ ਕਿਉਂਕਿ ਮਾਸੀ ਦਾ ਪਾਰਟਨਰ ਭੱਜ ਗਿਆ ਲਾਸਟ ਰਾਊਂਡ ਤੋਂ ਜਦੋਂ ਡਰੋ ਹੋ ਗਿਆ ਤੇ ਮਾਸੀ ਵਿਨਰ ਹੈ ਹੁਣ ਤੇ ਆਪਾਂ ਹੁਣ ਇੰਜੋਏ ਕਰ ਰਹੇ ਆ ਮਾਸੀ ਦਾ ਪਾਰਟਨਰ ਆ ਬੈਠਾ ਆ ਇਹ ਦੇਖੋ ਇਹ ਫੇਰ ਬਿਜ਼ੀ ਹੋ ਗਿਆ ਇਹ ਫੋਨ 'ਚ ਬਿਜ਼ੀ ਹੋ ਗਿਆ ਤੇ ਰਾਊਂਡ ਛੱਡ ਕੇ ਭੱਜ ਗਿਆ ਤੇ ਹੁਣ ਆਪਾਂ ਇੰਜੋਏ ਕਰ ਰਹੇ ਸਾਰੀਆਂ ਡਰਿੰਕਸ ਔਰ ਇੰਜੋਏ ਕਰ ਰਹੇ ਹੁਣ ਅਸੀਂ ਸਾਰੇ ਪੀਵਾਂਗੇ ਸਾਰੀਆਂ ਡਰਿੰਕਸ ਮੇਨ ਪੀਵਾਂਗੇ ਰੂ ਆਫ ਦਾ ਰੂ ਉਹ ਆਪਣੀ ਮੀਲਸ ਅਸੀਂ ਡਿਸਾਈਡ ਕਰਾਂਗੇ ਮੀਲਸ